ਸਤਿ ਸ਼੍ਰੀ ਅਕਾਲ, ਮੈਂ ਹੂੰ ਮਹਿਮਾ ਚੌਧਰੀ। ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬ, ਸ਼ਾਨ ਪੰਜਾਬ ਦੀ। ਵਿਆਹ ਦਾ ਲੱਡੂ ਜੋ ਖਾਵੇ ਉਹ ਵੀ ਪਛਤਾਵੇ ਤੇ ਜਿਹੜਾ ਨਾ ਖਾਵੇ ਉਹ ਵੀ ਪਛਤਾਵੇ। ਇਹ ਕਹਾਵਤ ਬਹੁਤ ਪੁਰਾਣੀ ਹੈ ਜਿਸ ਨੂੰ ਅਸੀਂ ਅਕਸਰ ਸੁਣਦੇ ਹੀ ਰਹਿੰਦੇ ਹਾਂ। ਵਿਆਹ ਦਾ ਲੱਡੂ ਨਾ ਖਾਣ ਵਾਲੇ ਘੱਟ ਤੇ ਖਾਣ ਵਾਲੇ ਜ਼ਿਆਦਾ ਪਛਤਾਉਂਦੇ ਨੇ, ਜਿਹਦੀ ਮਿਸਾਲ ਅਕਸਰ ਸਾਨੂੰ ਵੇਖਣ ਨੂੰ ਮਿਲਦੀ ਹੈ। ਪਹਿਲਾਂ ਜ਼ਮਾਨੇ 'ਚ ਇੱਕ ਤਰ੍ਹਾਂ ਦਾ ਹੀ ਵਿਆਹ ਹੁੰਦਾ ਸੀ ਜੋ ਕਿ ਘਰਦਿਆਂ ਦੀ ਮਰਜ਼ੀ ਨਾਲ ਹੁੰਦਾ ਸੀ, ਜਿਸ ਨੂੰ ਅਰੇਂਜ ਮੈਰਿਜ ਕਹਿੰਦੇ ਨੇ। ਪਰ ਹੁਣ ਲਵ ਮੈਰਿਜ ਦਾ ਰਿਵਾਜ ਜ਼ਿਆਦਾ ਹੋ ਰਿਹਾ ਹੈ, ਜਿਸ 'ਚ ਨੌਜਵਾਨ ਪੀੜ੍ਹੀ ਦਾ ਇਹੋ ਕਹਿਣਾ ਹੁੰਦਾ ਹੈ ਕਿ ਅਰੇਂਜ ਮੈਰਿਜ ਨਾਲੋਂ ਲਵ ਮੈਰਿਜ ਜ਼ਿਆਦਾ ਕਾਮਯਾਬ ਹੈ। ਪਰ ਇਹਨਾਂ ਪਿਆਰ ਦੀਆਂ ਤੰਦਾਂ ਵੀ ਵਿਆਹ ਤੋਂ ਬਾਅਦ ਟੁੱਟਦੀਆਂ ਵੇਖੀਆਂ ਗਈਆਂ ਨੇ, ਜਿਹਦੀ ਮਿਸਾਲ ਪਿਛਲੇ ਦਿਨੀ ਸਾਹਮਣੇ ਆਈ ਸੀ। ਆਓ ਇੱਕ ਵਾਰ ਫੇਰ ਨਜ਼ਰ ਮਾਰ ਲੈਂਦੇ ਹਾਂ ਇਸ ਤਸਵੀਰਾਂ ਤੇ ਫੇਰ ਗੱਲ ਕਰਾਂਗੇ ਮੁੱਦੇ ਦੀ। ਵਿਆਹ 'ਚ ਅਸਮਾਨ ਤੋਂ ਤਾਰੇ ਤੋੜ ਕੇ ਲਿਆਉਂਦਿਆਂ ਗੱਲਾਂ ਕਰਨ ਵਾਲੇ ਵਿਆਹ ਦਾ ਲੱਡੂ ਖਾ ਕੇ ਫਿਰ ਪਤਨੀਆਂ ਤੇ ਗੁੱਸੇ ਦਾ ਲੱਕ ਤੋੜਦੇ ਨੇ। ਪਰ ਮਾਪਿਆਂ ਵੱਲੋਂ ਪਸੰਦ ਕਰਕੇ ਸਹੁਰੇ ਘਰ ਤੋਰੀ ਧੀ ਵੀ ਅੱਜ ਕੱਲ੍ਹ ਸੁਖੀ ਨਹੀਂ ਵੱਸ ਰਹੀ। ਉਸ ਨੂੰ ਦਾਜ ਪਿੱਛੇ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਤੇ ਉਸ ਨਾਲ ਕੁੱਟਮਾਰ ਕਰਕੇ ਕਈ ਵਾਰ ਤਾਂ ਉਹ ਲੜਕੀ ਨੂੰ ਜਾਨ ਤੋਂ ਵੀ ਮਾਰ ਮੁਕਾਉਂਦੇ ਨੇ। ਪਰ ਹੁਣ ਜ਼ਿਆਦਾਤਰ ਪਤੀ ਪਤਨੀ ਦੇ ਰਿਸ਼ਤੇ ਸ਼ੱਕ ਦੇ ਘੇਰੇ 'ਚ ਆ ਕੇ ਬਰਬਾਦ ਹੋ ਰਹੇ ਨੇ, ਜਿਸ ਨੇ ਪਤਾ ਨਹੀਂ ਕਿੰਨੇ ਕੁ ਘਰ ਉਜਾੜ ਕੇ ਰੱਖ ਦਿੱਤੇ ਤੇ ਹੁਣ ਤੱਕ ਉੱਜੜਦੇ ਆ ਰਹੇ ਨੇ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ, ਜਿੱਥੇ 1.5 ਸਾਲ ਪਹਿਲਾਂ ਵਿਆਹ ਕੇ ਗਈ ਲੜਕੀ ਦੀ ਉਸਦੇ ਪਤੀ ਵੱਲੋਂ ਕੁੱਟਮਾਰ ਕੀਤੀ ਗਈ ਹੈ। ਪਤੀ ਦਾ ਕਹਿਣਾ ਹੈ ਕਿ ਉਸਦੀ ਪਤਨੀ ਦੀ ਆਪਣੇ ਭੈਣ ਦੇ ਮੁੰਡੇ ਨਾਲ ਨਾਜਾਇਜ਼ ਸੰਬੰਧ ਸੀ। ਜ਼ਰਾ ਤੁਸੀਂ ਵੀ ਸੁਣੋ। ਮੇਰੇ ਤੇ ਲਾਏ ਬਿਲਕੁਲ ਝੂਠੇ ਇਲਜ਼ਾਮ ਲਾਏ ਨੇ। ਇਹਦੀ ਭੈਣ ਦਾ ਮੁੰਡਾ ਹੈਗਾ ਜੀ, ਉਹਦੇ ਨਾਲ ਰਿਲੇਸ਼ਨ ਗਏ ਜੀ, ਉਹਦੇ ਨਾਲ ਰਹਿੰਦੇ ਪਏ ਦੋਨੇ ਨੇ ਇਕੱਠੇ ਤੇ ਮੈਨੂੰ ਮਾਰਨ ਦੀ ਮਾਰਨ ਦੀ ਕੋਸ਼ਿਸ਼ ਕਰਦੇ ਪਏ ਸੀ ਤੇ ਆਪਣਾ ਪਲਾਨ ਬਣਾਇਆ ਸੀ ਵੀ ਕਿਹਨੂੰ ਮਾਰ ਕੇ ਆਪਾਂ ਦੋਨੇ ਇਕੱਠੇ ਰਵਾਂਗੇ ਤੇ ਇੱਦਾਂ ਪਤਨੀ ਇਹੀ ਚੀਜ਼ਾਂ ਹੈਗੀਆਂ ਜੀ। ਬਾ ਕੀ ਨਾਮ ਮੁੰਡੇ ਦਾ ਜਾਂਦਾ? ਮੁੰਡੇ ਦਾ ਨਾਮ ਹੈਗਾ ਨੰਨੂ। ਕਿੰਨੀ ਉਮਰ ਦਾ? 18-19 ਸਾਲ ਦਾ ਹੈਗਾ ਜੀ। ਤੇ ਉਹ ਤੇ ਆਂਦੀ ਹੈ ਕਿ ਮੈਨੂੰ ਮਾਰਦਾ, ਦਾਜ ਦੂਜ ਦਾਜ ਦੀ ਡਿਮਾਂਡ ਕੀਤੀ ਤੂੰ? ਕੋਈ ਡਿਮਾਂਡ ਦਾਜ ਦੀ ਨਹੀਂ ਕੀਤੀ ਮੈਂ, ਤੇ ਇਹਨਾਂ ਕੋਲੋਂ 1 ਰੁਪਈਆ ਨਹੀਂ ਮੰਗਦਾ ਜੇ ਕੁੜੀ ਗਵਾਏ ਪੁਛਲੀ ਕੁੜੀ ਨੂੰ ਭਾਵੇਂ ਮੂੰਹ ਤੇ ਮੇਰੇ ਕਰਾ ਦਿਓ, ਮੈਂ ਕਦੀ ਕੁਛ ਮੰਗਿਆ 1 ਰੁਪਏ ਦੀ ਮਦਦ ਨਹੀਂ ਲਿੱਤੀ ਮੈਂ ਇਹਨਾਂ ਕੋਲ ਕਦੀ ਵੀ। ਨੀਂਦ ਦੀ ਗੋਲੀ ਦਿੱਤੀ ਮੈਨੂੰ? ਦਿੱਤੀਆਂ ਸੀ ਨੀਂਦ ਦੀ ਗੋਲੀਆਂ। ਕਿੰਨਾ ਚਿਰ ਹੋਇਆ ਵਿਆਹ ਨੂੰ ਤੇਰੇ? ਵਿਆਹ ਨੂੰ ਮੇਰੇ 1.5 ਸਾਲ ਹੋਇਆ ਜੇ। ਫਿਰ ਕਿਉਂ ਨਹੀਂ ਪੈਂਦਾ ਜੀ 1.5 ਸਾਲ ਪਹਿਲਾਂ? ਹਾਂਜੀ ਹੁਣ ਇਲਜ਼ਾਮ ਕਿਉਂ ਲਾਰੀ ਕਰਦੇ? ਇਲਜ਼ਾਮ ਪਤਾ ਨਹੀਂ ਜਦੋਂ ਦੀ ਪੇਕੇ ਗਈ ਉਸ ਤੋਂ ਬਾਅਦ ਵੀ ਆਈ ਨਹੀਂ, ਰਹਿਣਾ ਸ਼ੁਰੂ ਪਤਾ ਨਹੀਂ ਕੀ ਕਰੀ ਜਾਂਦੀ ਉੱਦਾਂ ਇੱਦਾਂ ਇੱਦਾਂ ਕਰੀ, ਸਮਝ ਨਹੀਂ ਲੱਗੀ ਕੁਛ ਇਹਨਾਂ ਦੀ। ਤੂੰ ਵਸਾਉਣਾ ਚਾਹੁੰਦਾ ਉਹਨੂੰ ਨਾਲ? ਮੈਂ ਤਾਂ ਵਸਾਉਣਾ ਚਾਹੁੰਦਾ ਵਾ, ਜੇ ਵਸਣਾ ਚਾਹੁੰਦੀ ਆ ਵਸੇ, ਨਹੀਂ ਵਸਣਾ ਚਾਹੁੰਦੀ ਆ ਤਾਂ ਮੈਨੂੰ ਦੇਵੇ ਅਤੇ ਮੈਂ ਆਪਣੇ ਰਾਹ ਆਪਣੇ ਰਾਹ ਜੇ। ਕੀ ਮੰਗ ਕਰਦੇ ਪ੍ਰਸ਼ਾਸਨ? ਪ੍ਰਸ਼ਾਸਨ ਕੋਈ ਇਹੀ ਮੰਗ ਕਰਦਾ ਕਿ ਮੇਰਾ ਘਰ ਵਸ ਜੇ। ਉੱਥੇ ਪਤਨੀ ਸੋਨੀਆ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸਦੇ ਪਤੀ ਅਤੇ ਸਹੁਰਾ ਪਰਿਵਾਰ ਨੇ ਮੋਟਰਸਾਈਕਲ ਅਤੇ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਮੰਗ ਪੂਰੀ ਨਾ ਹੋਣ ਤੇ ਉਸਦੇ ਪਤੀ ਵੱਲੋਂ ਰੋਜ਼ਾਨਾ ਉਸਦੀ ਕੁੱਟਮਾਰ ਕੀਤੀ ਜਾਣ ਲੱਗੀ। ਇਸ ਦੌਰਾਨ ਮੈਂ ਗਰਭਵਤੀ ਵੀ ਹੋ ਗਈ ਸੀ ਤੇ ਸਹੁਰੇ ਪਰਿਵਾਰ ਵੱਲੋਂ ਤੇ ਮੇਰੇ ਪਤੀ ਵੱਲੋਂ ਮੈਨੂੰ ਇੰਨੀ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ ਕਿ ਜਿਸ ਕਰਕੇ ਮੇਰੇ ਬੱਚੇ ਦੀ ਜਨਮ ਲੈਣ ਤੋਂ ਪਹਿਲਾਂ ਹੀ ਮੌਤ ਹੋ ਗਈ। ਮੇਰੀ ਮਾਰ ਕੁੱਟ ਕਰਦੇ ਰਹੇ ਮੇਰੇ ਸੱਸ ਸਹੁਰੇ, ਮੇਰਾ ਘਰ ਵਾਲਾ ਵੀ ਮੇਰੇ ਮੂੰਹ 'ਚ ਥੁੱਕਦਾ ਸੀ, ਮੈਨੂੰ ਬਹੁਤ ਗੰਦੀ ਗੰਦੀ ਹਰਕਤਾਂ ਨਾਲ ਤੰਗ ਕਰਦਾ ਸੀ। ਜੇ ਸੱਸ ਸਹੁਰਿਆਂ ਨੇ ਕਹਿੰਦੀ ਉਹ ਵੀ ਮਾਰ ਕੁੱਟ ਕੇ ਮੈਨੂੰ ਕਮਰੇ 'ਚ ਬੰਦ ਕਰ ਦਿੰਦੇ ਸੀ ਅਤੇ ਮੇਰਾ ਬੱਚਾ ਵੀ ਇਸ ਮਾਰ ਕੁੱਟ 'ਚ ਮਰ ਗਿਆ। ਅਤੇ ਉਹ ਕਹਿੰਦੇ ਕਿ ਤੇਰਾ ਬੱਚਾ 4 ਹੱਥ ਪੈਰ ਸੀ, ਮੈਨੂੰ ਦੱਸਿਆ ਨਹੀਂ, ਮੈਨੂੰ ਉਹਦੀ ਸ਼ਕਲ ਵੀ ਨਹੀਂ ਦਿਖਾਈ, ਝੂਠ ਬੋਲਦੇ ਰਹੇ। ਅਤੇ ਮੈਂ ਉੱਥੋਂ ਦੀ ਮੈਂ ਨਿਕਲ ਕੇ ਆਈ ਆਪਣੇ ਘਰ ਅਤੇ ਮੈਨੂੰ ਆਉਣ ਨਹੀਂ ਦੇ ਰਹੇ ਸੀ। ਕਿਹਨਾਂ ਤੇਰੇ ਹਸਬੈਂਡ ਦਾ? ਬੰਟੀ। ਕਿੱਥੇ ਵਿਆਹੀ ਤੂੰ? ਮੋਕਮਪੁਰੇ ਥਾਣੇ, ਮੋਕਮਪੁਰੇ 'ਚ। ਅਤੇ ਕਿੰਨਾ ਚਿਰ ਹੋਇਆ ਵਿਆਹ ਨੂੰ? 1 ਸਾਲ 3 ਮਹੀਨੇ। ਦਾਜ ਮੰਗਦੇ? ਹਾਂਜੀ, ਕਹਿੰਦੇ ਮੋਟਰਸਾਈਕਲ ਲੈ ਕੇ, ਬੁਲਟ ਲੈ ਕੇ। ਉਹਨਾਂ ਨੇ ਮੈਨੂੰ ਫੋਟੋਆਂ ਵੀ ਮੇਰੇ ਘਰ ਵਾਲੇ ਨੇ ਭੇਜੀਆਂ, ਲੈ ਕੇ ਆਏਗੀ ਤਾਂ ਫਿਰ ਹੀ ਆਈ। ਅਤੇ ਮੇਰੇ ਸੱਸ ਸਹੁਰੇ ਵੀ ਕਹਿੰਦੇ ਪੈਸੇ ਲੈ ਗਿਆ, ਤੇਰੇ ਘਰ ਵਾਲੇ ਨੂੰ ਕੰਮ ਖਿਲਾ ਕੇ ਦੇਣਾ। ਅਤੇ ਮੈਂ ਥਾਣੇ 'ਚ ਰਿਪੋਰਟ ਵੀ ਕੀਤੀ ਹੈ, ਕੋਈ ਸੁਣਵਾਈ ਨਹੀਂ ਹੋਈ। ਤੇਰਾ ਹਸਬੈਂਡ ਕਹਿੰਦਾ ਕਿ ਤੇਰੀ ਭੈਣ ਦੇ ਮੁੰਡੇ ਨਾਲ ਨਜਾਇਜ਼ ਸੰਬੰਧ ਨੇ, ਕੀ ਹੈ ਉਹ ਮਸਲਾ? ਐਵੇਂ ਝੂਠੇ ਇਲਜ਼ਾਮ ਲਾਉਂਦਾ, ਉਹ ਤਾਂ ਮੇਰਾ ਬੱਚਾ ਹੈਗਾ ਵਾ, ਕਹਿੰਦਾ ਉਹਨਾਂ 'ਚ ਫਸੀ ਹੋਈ ਆ, ਫੋਨ ਕਰਦੀਆਂ ਅਤੇ ਮੇਰਾ ਇੰਨਾ ਕੋਈ ਲੈਣਾ ਦੇਣਾ ਨਹੀਂ। ਉਹ ਝੂਠ ਬੋਲਦੇ ਆ, ਮੈਨੂੰ ਡਰਾਉਂਦੇ ਆ, ਮੇਰੇ ਘਰ ਵਾਲਿਆਂ ਨੂੰ ਤੰਗ ਕਰਦੇ ਆ। ਅਤੇ ਜੇ ਥਾਣੇ ਰਿਪੋਰਟ ਕਰਦੀਆਂ ਤਾਂ ਉਹਨਾਂ ਦੇ ਮਾਸਟਰ ਰਾਮ ਮੂਰਤੀ ਹੈਗੀ ਆ, ਉਹ ਸਾਨੂੰ ਧਮਕੀਆਂ ਦਿੰਦੇ ਆ ਕਿ ਜਿਹੜੇ ਥਾਣੇ 'ਚ ਜਾਏਗੀ ਮੈਂ ਹੀ ਮਿਲਾਂਗਾ, ਸਾਰੇ ਅੰਮ੍ਰਿਤਸਰ ਦੇ ਥਾਣੇ ਮੈਂ ਇੱਕ ਫੋਨ 'ਤੇ ਹਿਲਾ ਦੇਵਾਂ। ਨੰਨੂ ਕੌਣ ਹੈ? ਨੰਨੂ ਮੇਰੀ ਵੱਡੀ ਦੀਦੀ ਦਾ ਬੇਟਾ ਹੈਗਾ। ਉਹਨਾਂ ਤੁਹਾਡੇ ਰਿਲੇਸ਼ਨ ਕੀ ਹੈ? ਕੋਈ ਰਿਲੇਸ਼ਨ ਨਹੀਂ, ਬੱਚਾ ਹੈਗਾ ਉਹਨਾਂ ਨੂੰ ਬੱਚਿਆਂ ਵਾਂਗੂ ਪਾਲਿਆ। ਆਉਂਦਾ ਮਾਸੀ ਜੀ ਕਹਿੰਦਾ ਵਾ ਇਹਨਾਂ ਨੂੰ
ਪਤਾ ਨਹੀਂ ਕਿ ਝੂਠਾ ਇਲਜ਼ਾਮ ਲਾਉਂਦੇ ਇਹ ਆਪ ਹੀ ਉਹੋ ਜਿਹੇ ਗਿਆ ਆਂਦਾ ਨੀਂਦ ਦੀ ਦਵਾਈ ਦਿੰਦੇ ਰਹੇ ਤੁਸੀਂ ਨੀਂਦ ਦੀ ਦਵਾਈ ਮੈਂ ਕਿੱਥੋਂ ਦਵਾਂਗੀ ਜਦੋਂ ਘਰੋਂ ਬਾਹਰ ਨਿਕਲਾਂਗੀ ਤਾਂ ਦਵਾਈ ਦਵਾਂਗੀ ਲੈ ਕੇ ਆਵਾਂਗੀ ਤਾਂ ਦਵਾਂਗੀ ਮੈਨੂੰ ਬੰਦ ਕਰਕੇ ਕਮਰੇ 'ਚ ਕੈਦ ਕਰਕੇ ਰੱਖਣਗੇ ਮਾਰਨ ਪਿੱਟਣਗੇ ਤਾਂ ਮੈਂ ਕਿੱਥੋਂ ਲੈ ਕੇ ਆਵਾਂਗੀ ਹੁਣ ਕੀ ਚਾਹੁੰਦੇ ਹੋ ਤੁਸੀਂ ਮੈਂ ਚਾਹੁੰਦੀ ਹਾਂ ਮੇਰਾ ਇਨਸਾਫ ਹੋਵੇ ਇਹ ਪੰਜਾ ਜੀਆਂ ਨਾਲ ਉਹਦੇ ਤੁਹਾਨੂੰ ਵਸਾਉਣਾ ਚਾਹੁੰਦਾ ਤੁਸੀਂ ਰਹਿਣਾ ਚਾਹੁੰਦੇ ਉੱਥੇ ਉਹ ਤਾਂ ਹੱਥ ਜੋੜ ਕੇ ਲਾਈ ਜਾਂਦੇ ਜਾਂਦੇ ਮਾਰਦੇ ਆ ਰਸਤੇ ਵਿੱਚ ਮੈਨੂੰ ਮੋਟਰਸਾਈਕਲ ਤੋਂ ਚਪੇੜ ਮਾਰ ਚਲਦੇ ਮੋਟਰਸਾਈਕਲ ਤੋਂ ਮਾਰ ਕੇ ਸੁੱਟ ਦਿੰਦਾ ਤੁਸੀਂ ਰਹਿਣਾ ਚਾਹੁੰਦੇ ਉੱਥੇ ਨਹੀਂ ਸਰ ਤੁਹਾਡੀ ਮਾਰਕਟਿੰਗ ਨਹੀਂ ਹੋਈ ਦੀ ਹਜੇ ਤੱਕ ਹੁੰਦੀ ਰਹੀ ਮਾਰਕਟਿੰਗ ਕੋਲ ਮਾਰਦਾ ਰਿਹਾ ਸੱਸ ਸਹੁਰੇ ਵੀ ਦਿਓਰ ਵੀ ਸਾਰੇ ਜੇ ਮੈਂ ਰੋਲਾ ਪਾਉਂਦੀ ਘਰ ਵਾਲਾ ਕੁੱਟਦਾ ਸੱਸ ਕੁੱਟਦੀ ਤਾਂ ਉਹ ਫੜ ਕੇ ਉਹ ਵੀ ਮਾਰਦੇ ਤੂੰ ਗਲੀ 'ਚ ਰੋਲਾ ਪਾਏਂਗੀ ਸਾਰਿਆਂ ਨੂੰ ਦੱਸੇਂਗੀ ਤੈਨੂੰ ਮੈਨੂੰ ਪੈਟਰੋਲ ਪਾਉਣ ਲੱਗੇ ਕਹਿੰਦੇ ਅੱਜ ਸਿਆਪਾ ਹੀ ਮੁਕਾਓ ਮੇਰੀ ਸੱਸ ਕਹਿੰਦੀ ਮੇਰੇ ਘਰ ਵਾਲੇ ਨੇ ਹਾਂਜੀ ਰਿਪੋਰਟਾਂ ਹੋਈਆਂ ਮੋਕਮ ਪੂਰੇ ਥਾਣੇ 'ਚ ਜਾ ਕੇ ਦੇਖ ਲਓ ਕੀ ਚਾਹੁੰਦੇ ਹੋ ਤੁਸੀਂ ਮੈਂ ਇਨਸਾਫ ਚਾਹੁੰਦੀ ਹਾਂ ਇਹਨਾਂ ਤੋਂ ਤੇ ਇਸ ਸੰਬੰਧ ਵਿੱਚ ਜਦੋਂ ਜਾਂਚ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸੋਨੀਆ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਜਿਹਦੀ ਜਾਂਚ ਚੱਲ ਰਹੀ ਹੈ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸਦੇ ਖਿਲਾਫ਼ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ ਵੇਖੋ ਜੀ ਇੱਕ ਦਰਖਾਸਤ ਸੋਨੀਆ ਪਤਨੀ ਬੰਟੀ ਵਾਸੀ ਮਕਾਨ ਨੰਬਰ ਹੈਗਾ ਜੀ 36890 ਗਲੀ ਨੰਬਰ 3 ਹੈ ਜੀ ਪ੍ਰਕਾਸ਼ ਵਿਹਾਰ ਇਹਨਾਂ ਸੀ ਪੀ ਸਾਹਿਬ ਦੇ ਪੇਸ਼ ਹੋ ਕੇ ਦਰਖਾਸਤ ਦਿੱਤੀ ਸੀ ਕਿ ਉਸਦਾ ਪਤੀ ਉਸ ਨੂੰ ਤੰਗ ਪਰੇਸ਼ਾਨ ਕਰਦਾ ਅਤੇ ਕੁੱਟਦਾ ਮਾਰਦਾ ਦਾਜ ਦੀ ਮੰਗ ਕਰਦਾ ਜਿਸ ਦੇ ਸੰਬੰਧ ਵਿੱਚ ਉਹ ਦਰਖਾਸਤ ਅਫਸਰ ਵੱਲੋਂ ਮਾਰ ਘੋ ਕੇ ਥਾਣੇ ਪਹੁੰਚੀ ਜਿਸ ਦੀ ਇਨਕੁਆਇਰੀ ASI ਮੰਗਲ ਸਿੰਘ ਕਰ ਰਹੇ ਆ ਜਾਂਚ ਪੜਤਾਲ ਤੋਂ ਬਾਅਦ ਜੇ ਵੀ ਦੋਸ਼ੀ ਪਾਇਆ ਗਿਆ ਸਹੁਰੇ ਪਰਿਵਾਰ ਤੇ ਪਤੀ ਤੋਂ ਦੁਖੀ ਹੋ ਕੇ ਆਪਣੇ ਪੇਕੇ ਘਰ ਬੈਠੀਆਂ ਨੇ ਤੇ ਥਾਣੇ ਕੋਰਟ ਕਚਹਿਰੀਆਂ ਦੇ ਚੱਕਰ ਕੱਟ ਰਹੀਆਂ ਨੇ ਆਖਿਰਕਾਰ ਲੜਕੀਆਂ ਤੇ ਹੋਣ ਵਾਲੇ ਅਤਿਆਚਾਰ ਕਦੋਂ ਰੁਕਣਗੇ ਇਹ ਬਹੁਤ ਵੱਡਾ ਸਵਾਲ ਹੈ ਜਿਹਦਾ ਹੱਲ ਨਹੀਂ ਹੋ ਰਿਹਾ ਉੱਥੇ ਦੂਸਰੇ ਪਾਸੇ ਲੜਕੇ ਲੜਕੀਆਂ ਨੂੰ ਵੀ ਆਪਣੇ ਰਿਸ਼ਤੇ 'ਚ ਵਿਸ਼ਵਾਸ ਤੇ ਇਮਾਨਦਾਰੀ ਰੱਖਣੀ ਚਾਹੀਦੀ ਹੈ ਕਿਉਂਕਿ ਤੁਹਾਡੀਆਂ ਆਪਣੀਆਂ ਗਲਤੀਆਂ ਤੁਹਾਡੇ ਰਿਸ਼ਤੇ 'ਤੇ ਭਾਰੀ ਪੈਂਦੀਆਂ ਨੇ ਸੋ ਲੋੜ ਹੈ ਮੀਆਂ ਬੀਬੀ ਨੂੰ ਆਪਣੇ ਪਿਆਰ ਦੇ ਬੰਧਨ 'ਚ ਇਮਾਨਦਾਰੀ ਰੱਖਣ ਦੀ ਤਾਂ ਕਿ ਸ਼ੱਕ ਦੇ ਘੇਰੇ 'ਚ ਤੁਹਾਡਾ ਪਵਿੱਤਰ ਰਿਸ਼ਤਾ ਬਰਬਾਦ ਨਾ ਹੋ ਸਕੇ ਅੰਮ੍ਰਿਤਸਰ ਤੋਂ ਧਰਮਵੀਰ ਗਿੱਲ ਦੀ ਰਿਪੋਰਟ ਚੈਨਲ ਪੰਜਾਬ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਦੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬ ਤੇ ਪ੍ਰੈਸ ਕਰੋ ਬੈਲ ਆਈਕਨ